जिहड़े किराएदारां तों बिल वसूलदे आ मकान मालक, हुण माण सरकार ने सख्ती कीती है ते जिहड़े बिल वसूलदे आ उहनां दी कहिंदे खैर नहीं। हाँ जी देखो ये बिल हुण जदों जीरो बिल ही आ रहा वा ते जे कोई लैंडलॉर्ड जी जी किसी किराएदार तो बिल ले रहा ते गलत गल है ना, हुण खून चूसण वाले। मैं क्या कहना ना कि जदों भी कोई दिन त्यौहार आउंदा है इस तरह लगता है बल्ले बल्ले साढ़े नाल दा समाज बीबा ते है ही नहीं। हाँ जी जदों कोई भगत सिंह दा दिन आउंदा है इस तरह लगता है कि इनकलाब दा सारा जिहड़ा डाला सी उह इत्थे टुल गया, सारा खुल गया सारा कुछ। ਜਦੋਂ ਕੋਈ ਹੋਰ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਬੱਲੇ 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 ਇਸ ਤਰ੍ਹਾਂ ਮਤਲਬ ਕਿ ਪ੍ਰਾਊਡ ਫੀਲ ਹੁੰਦਾ ਹੈ ਤੇ ਫਿਰ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਵੀ ਇਹ ਕੌਣ ਨੇ ਜਿਨ੍ਹਾਂ ਨੇ ਆਪਣੇ NRI ਭਰਾ ਦੀ ਜ਼ਮੀਨ ਨਾਪ ਰੱਖੀ ਹੈ, ਕਿੱਥੋਂ ਆਏ ਨੇ? ਅਰੋਂਡੇ ਨੇ NRI ਜਾ ਕੇ ਉੱਥੇ ਕੁਲਦੀਪ ਸਿੰਘ ਧਾਲੀਵਾਲ ਦੇ ਮੋਹਰੇ ਜੀ ਬਿਲਕੁਲ। ਕੋਈ ਕਹਿੰਦਾ ਮੇਰਾ ਭਰਾ ਹੀ ਨੱਪੀ ਬੈਠਾ ਹੈ, ਕੋਈ ਕਹਿੰਦਾ ਕਿ ਇੱਥੋਂ ਬਾਪੂ ਨੂੰ ਨਾਲ ਰੱਖ ਕੇ ਕਹਿੰਦੇ ਜੋ ਇੱਥੇ ਇਹਨੂੰ ਬਣਾਇਆ ਹੀ ਇਹਦੇ ਚ ਵੀ ਹਿੱਸਾ ਦੇ ਥੋੜਾ ਜਿਹਾ। ਅੱਛਾ ਮਤਲਬ ਕਿ ਇਹ ਕੌਣ ਲੋਕ ਨੇ? ਇਹ ਵੀ ਉਹੀ ਨੇ ਜਿਹੜੇ ਬੜੇ ਸਟੇਟਸ ਦੇ ਵੱਲ ਦੇ ਹੋਣੇ ਆ ਦਿਨ ਤਿਉਹਾਰ ਦੇ, ਇਹ ਵੀ ਸਾਡੇ ਚੋਂ ਲੋਕ ਨੇ। ਤੋ ਇਸੇ ਤਰ੍ਹਾਂ ਇਹੀ ਹੈ ਕਿ ਆਹ ਜਿਹੜੇ ਖੂਨ ਚੂਸਦੇ ਨੇ ਇਸ ਤਰ੍ਹਾਂ ਕਿ ਮੁਫ਼ਤ ਦਾ ਮਾਲ ਹੈ, ਵੈਸੇ ਤਾਂ ਮੁਫ਼ਤ ਦਾ ਮਾਲ ਦੇਣ ਵਾਲਿਆਂ ਨੇ ਵੀ ਕਮਾਲ ਕਰ ਛੱਡੀ ਹੈ। ਅੱਜ ਉਡੀਕ ਦੀ ਰੇਸ ਲੱਗੀ ਹੋਈ ਆ, ਜਿੱਦਾਂ ਬੀਬੀਆਂ 1,000 ਰੁਪਇਆ ਉਡੀਕਦੀਆਂ ਨੇ ਤੇ ਬੀਬੇ ਵੀ ਮੋਬਾਈਲ ਚਾਰਜ ਕਰਨ ਵਾਸਤੇ ਬਿਜਲੀ ਉਡੀਕਦੇ ਨੇ ਕਿ ਕਦੋਂ ਆਏਗੀ। ਆ ਸਿਆਲਾਂ ਦੇ ਦਿਨਾਂ ਚ 8 ਘੰਟੇ ਕੱਟ ਸੀ ਅੱਜ ਮੇਰੇ ਪਿੰਡ, 8 ਘੰਟੇ ਜੀ। ਇਹ ਬਦਲਾ ਕਾਹਦਾ ਤੇ ਬਦਲਾ ਲੈ ਰਿਹਾ, ਮਤਲਬ ਕਿ ਸਿਆਲਾਂ ਚ ਵੀ ਲਾਈਟ ਨੀ ਪੂਰੀ ਹੋ ਰਹੀ ਇਹਨਾਂ ਤੋਂ। ਹੁਣ ਇਹੋ ਜਿਹੇ ਫੈਸਲੇ ਲੈ ਕੇ ਤੇ ਤੁਸੀਂ ਕਰੋਗੇ ਕੀ? ਹੁਣ ਗਾਂ ਪਤਾ ਨੀ ਕੀ ਕਿਹੜੇ ਭਾਅ ਤੁਲੇਗੀ। ਪਿਛਲੀ ਵਾਰੀ ਤਾਂ ਚਲੋ ਕੁਛ ਮੌਨਸੂਨ ਨੇ ਪੱਤ ਰੱਖ ਲਈ ਤੇ ਕੁਛ ਚਲੋ ਇਹਨਾਂ ਨੇ ਵੀ ਅੱਛਾ ਕੰਮ ਕੀਤਾ, ਮੈਂ ਨੀ ਕਹਾਂਗਾ, ਪਰ ਐਤਕੀ ਤੇ ਲੱਗਦਾ ਕਿ ਕਿਸ਼ਤੀ ਜਿਸ ਹਿਸਾਬ ਨਾਲ ਡੋਲਦੀ ਪਈ, ਕਿਨਾਰਾ ਛੱਡੋ ਤੇ ਮਝਧਾਰਾ ਨੀ ਪਾਰ ਕਰੇਗੀ, ਅੱਧ ਵਿਚਕਾਰ ਨੀ ਪਾਰ ਕਰੇਗੀ ਜੀ। ਤੋ ਇਸ ਕਰਕੇ ਹੁਣ ਇਹ ਗੱਲਾਂ ਨੇ ਜਿਹੜੀਆਂ ਚਲੋ ਠੀਕ ਆ ਇਹਨਾਂ ਨੇ ਕੀਤੀਆਂ, ਰਾਜਸੀ ਲੋਕ ਆ ਕਰਦੇ ਰਹਿੰਦੇ ਆ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਪਹਿਲਾਂ ਉਹਨਾਂ ਨੂੰ ਦੇਖ ਲੈਣੀਆਂ ਚਾਹੀਦੀਆਂ ਸੀ। ਤੋ ਖੈਰ ਇਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਜੇ ਕੋਈ ਇਸ ਤਰ੍ਹਾਂ ਆਪਣੇ ਕਿਰਾਏਦਾਰ ਤੋਂ ਬਿੱਲ ਵਸੂਲਦਾ ਪਾਇਆ ਗਿਆ ਤੇ ਫਿਰ ਉਹਦੀ ਤਸੱਲੀ ਪੂਰੀ ਕਰਾਵਾਂਗੇ ਅਸੀਂ, ਮਤਲਬ ਕਿ ਉਹਦਾ ਬਿੱਲ ਪੂਰਾ ਲਵਾਂਗੇ। ਤੇ ਵਧੀਆ ਗੱਲ ਆ, ਚੰਗੀ ਗੱਲ ਆ ਕਿ ਜਦੋਂ ਮੁਫ਼ਤ ਦਾ ਤੁਸੀਂ ਲੈਣੇ ਹੋ ਗਾ। ਇਹ ਲਹੂ ਪੀਣੇ, ਮੈਂ ਅੱਗੇ ਕਹਿ ਰਿਹਾ ਕਿ ਲਹੂ ਪੀਣੇ ਕੌਣ ਨੇ ਇਹ? ਇੱਕ ਤੇ ਲਹੂ ਪੀਣੀ ਜੋਕ ਹੁੰਦੀ ਆ, ਉਹ ਤਾਂ ਫੋੜੇ ਤੇ ਲੱਗ ਜਾਵੇ ਤੇ ਇਲਾਜ ਬਣ ਜਾਂਦੀ ਆ, ਇਹ ਤੇ ਜੋਕ ਦਾ ਵੀ ਛੱਡੋ ਤਾਂ ਪਤਾ ਨੀ ਕਿਹੜਾ ਰੋਗ ਬਣ ਗਏ ਨੇ ਜਿਹੜੇ ਮਤਲਬ ਕਿ ਨੁਕਸਾਨ ਹੀ ਨੁਕਸਾਨ ਕਰਦੇ ਨੇ। ਤਾਂ ਖੈਰ ਗੱਲ ਇਹ ਆ ਕਿ ਬਈ ਲੋਕਾਂ ਨੇ ਇਸ ਮੁਫ਼ਤਖੋਰੀ ਨੂੰ ਹਾਸਲ ਕਰਨ ਵਾਸਤੇ ਕੋਈ ਕਸਰ ਨੀ ਜੇ ਛੱਡੀ, ਦੋ ਦੋ ਤਿੰਨ ਤਿੰਨ ਮੀਟਰ ਲਵਾਉਣ ਨੂੰ ਭੱਜੇ ਨੇ, ਫਿਰ ਰੀਡਰਾਂ ਨੂੰ ਪੈਸੇ ਦੇਈ ਜਾਂਦੇ ਆ ਜਿਹੜੇ ਹੁੰਦੇ ਆ ਵਿਚਾਰੇ ਰੀਡਰ। ਆ 3-4 ਰੀਡਰ ਸਸਪੈਂਡ ਕੀਤੇ ਨੇ ਪਿਛਲੇ ਦਿਨ ਕਿ ਸਾਡੀ 600 ਤੋਂ ਵਧਾ ਨਾ ਵਧਾ ਨਾ। ਇਹ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਨਹੀਂ ਹੈ। ਅਖੀਰ ਮੈਂ ਤਾਂ 2-3 ਸਾਲ ਤੋਂ ਪਿੱਟਦਾ ਪਿਆ ਕਿ ਜਿਸ ਹਿਸਾਬ ਨਾਲ ਚੱਲਿਆ ਜਾ ਰਿਹਾ ਮਾਮਲਾ, ਮੈਨੂੰ ਨੀ ਲੱਗਦਾ ਕਿ ਇਹ ਬਿਜਲੀ ਵਾਲਾ ਢਾਂਚਾ ਜਿਹੜਾ ਬਹੁਤੀ ਦੇਰ ਰਹੇਗਾ, ਪ੍ਰਾਈਵੇਟ ਪਲੇਅਰ ਆ ਕੇ ਮੁੜ ਕੇ ਸਾਰਾ ਕੁਝ ਸੰਭਾਲਣਗੇ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ। ਖੈਰ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਈ ਜਿਹੜਾ ਵੀ ਕੋਈ ਇਸ ਤਰ੍ਹਾਂ ਵਸੂਲ ਕਰਦਾ ਫੜਿਆ ਗਿਆ ਤੇ ਉਹਨੂੰ ਅਸੀਂ ਪੂਰਾ ਬਿੱਲ ਜਿਹੜਾ ਹੈ ਉਹ ਠੋਕਾਂਗੇ ਜੀ। ਬਿਲਕੁਲ, ਜੇ ਕੋਈ ਰਹਿਤ ਮਿਲੀ ਹੈ ਤੇ ਉਸ ਰਹਿਤ ਦੇ ਸਾਰੇ ਹੱਕਦਾਰ ਆ ਮਿੰਟ ਜੀ। ਨਹੀਂ ਨਹੀਂ, ਤੁਸੀਂ ਦੇਖੋ ਜਿਹੜਾ ਗਾ ਰੈਂਟ ਲੈ ਰਿਹਾ ਉਹਨੂੰ ਵੀ ਮੁਫ਼ਤਖੋਰੀ ਜੀ, ਤੇ ਜਿਹੜਾ ਗਰੀਬ ਰੈਂਟ ਤੇ ਮਤਲਬ ਕਿ ਕਿਰਾਏ ਦੇ ਘਰ ਤੇ ਰਹਿ ਰਿਹਾ ਤੇ ਉਹਨੂੰ ਮੀਟਰ ਉਹ ਮੰਨ ਲਓ ਉਹਦਾ ਮੱਚ ਗਿਆ ਜ਼ਿਆਦਾ 600 ਯੂਨਿਟ ਤੋਂ, ਹਾਂਜੀ, ਤੇ ਉਹਨੂੰ ਬਿੱਲ ਪੈ ਰਿਹਾ, ਦੇਖੋ ਕਮਾਲ ਦੀ ਗੱਲ ਹੈ। ਜਿਹੜਾ ਮਾਲਕ ਹੈ ਉਹ ਆਪਦੇ ਘਰ ਚ ਬਾਲ ਰਿਹਾ 600 ਤੋਂ ਥੱਲੇ ਜਾਂ 2 ਮੀਟਰ ਲਵਾ ਲਏ ਉਹਨੇ ਹੇਰ ਫੇਰ ਕਰਕੇ, ਉਹਦਾ ਬਿੱਲ 0 ਆ, ਕਿਰਾਏਦਾਰ ਦਾ 600 ਤੋਂ ਤਾਂ ਟੱਪ ਗਿਆ, ਉਹਨੂੰ ਬਿੱਲ ਪੂਰਾ ਭਰਨਾ ਪੈ ਰਿਹਾ। ਦੇਖੋ ਕਿਆ ਗੱਲਾਂ ਨੇ ਯਾਰ, ਕਿਆ ਗੱਲ ਕਰਦੀ ਯਾਰ ਜੀ, ਸਿਤਮ ਜ਼ਰੀਫੀ ਆ। ਜਿਹੜੇ ਬੰਦੇ ਮਜਬੂਰੀ ਚ ਬੈਠੇ ਆ ਇਦਾਂ ਤੇ ਸਦਕੇ ਜਾਈਏ ਉਹਨਾਂ ਦੀ ਸੋਚ ਦੇ, ਜਿਹੜੇ ਵਿਚਾਰੇ ਕਿਰਾਏਦਾਰਾਂ ਨੂੰ ਇਸ ਤਰ੍ਹਾਂ ਰਹਿਤ ਚ ਵੀ ਨਹੀਂ ਬਖਸ਼ਦੇ।